ਸਾਸਤ੍ਰਿਕਾਲ ਬੈਠਾ ਜੀ ਮੰਨ ਲਓ ਸਾਡੇ ਕੋਲ ਇੱਕ ਮਾਸ ਪਿਆ ਹੋਇਆ ਹੈ ਗੋਲ ਸ਼ੇਪ ਦਾ ਇਦਾਂ ਰੱਖਿਆ ਹੋਇਆ ਹੈ ਹੁਣ ਇਹਦੀ ਕੁਝ ਸ਼ਕਤੀ ਹੁੰਦੀ ਹੈ ਸਾਨੂੰ ਪਤਾ ਹੈ ਦਵੇ ਬਾਕੀ ਮਾਸਿਆਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ ਆਪਣੇ ਸੈਂਟਰ ਆਫ ਮਾਸ ਵੱਲ ਖਿੱਚਦਾ ਹੈ ਹੁਣ ਮੈਂ ਤੁਹਾਨੂੰ ਇੱਥੇ ਕੁਝ ਪੁਆਇੰਟ ਦੇ ਰਿਹਾ ਇਹ ਹੈ ਪੁਆਇੰਟ A ਇਹ ਹੈ ਪੁਆਇੰਟ B ਔਰ ਇਹ ਹੈ ਪੁਆਇੰਟ C ਹੁਣ ਇਹ ਡਿਫਰੈਂਟ ਡਿਫਰੈਂਟ ਦੂਰੀ ਤੇ ਹਨ ਤੁਸੀਂ ਮੈਨੂੰ ਇਹ ਦੱਸੋ ਇਸ ਮਾਸ ਦਾ ਪ੍ਰਭਾਵ یہ اسٹرینت کتھے زیادہ محسوس ہوے گی سوچو بہت ایزی کوسچن ہے ਤੁਸੀਂ کہو گے سر پوائنٹ اے تے کیونکہ پوائنٹ کول ہے اودے بعد بی تے مدھم کہہ سکدے ہو کمپیئر کر رہے ہیں تے سب تو ਘੱਟ جڑی سکتھی محسوس ہوے گی وہ پوائنٹ سی تے کیوں بہت دور ہے جے تینوں دا کمپیریزن کریے ویری گڈ تاں اسی کس چیز دا اندازہ لگا رہے ہیں اسی اسٹرینت دا اندازہ لگا رہے ہیں ਕਿਆ ਇਹ ਮੈਗਨੇਟਿਕ ਸਟਰੈਂਥ ਹੈ ਨਹੀਂ ਸਰ ਇਹ ਤਾਂ ਮਾਸ ਦੇ ਕਾਰਨ ਹੈ ਯਾਸੀ ਕੀ ਕਹਾਂਗੇ ਇੱਕ ਗ੍ਰੈਵਿਟੇਸ਼ਨਲ ਸਟਰੈਂਥ ਹੈ ਕਿਸ ਮਾਸ ਦੀ ਇਹ ਮਾਸ m ਦੀ ਇਹਨੂੰ ਅਸੀਂ ਡਿਨੋਟ ਕਰਦੇ ਹਾਂ ਸਮਾਲ ਜੀ ਲੈਟਰ ਨਾਲ ਤੇ ਇਹ ਪੈਰਾਂ ਤੇ ਪਾ ਲੈਂਦੇ ਹਾਂ ਤਾਂ ਮੇਰਾ ਸਹੀ ਕੁਸ਼ਨ ਇਹ ਹੋਣਾ ਚਾਹੀਦਾ ਸੀ ਕਿ ਗ੍ਰੈਵਿਟੇਸ਼ਨਲ ਸਟਰੈਂਥ ਐਟ ਪੁਆਇੰਟ a ਕਿੰਨੀ ਹੋਏਗੀ ਗ੍ਰੈਵਿਟੇਸ਼ਨਲ ਸਟਰੈਂਥ ਐਟ ਪੁਆਇੰਟ b ਕਿੰਨੀ ਹੋਏਗੀ ਗ੍ਰੈਵਿਟੇਸ਼ਨਲ ਸਟਰੈਂਥ एट पॉइंट सी कि होएगी हाले तक असं अंदाजा लाया असी क्या कितने ज़्यादा है कितने मध्यम है कितने बहुत घट है बट हूँ सैकेंड लैवल चलीए हूँ जो थोड़ी पूछे कि यह दसो इस पॉइंट ए ते कितनी स्ट्रेंथ है वैल्यू दसो कोई हूँ देखो इस पॉइंट ते कुछ भी नहीं पिया हो यह तो एक पॉइंट है ना ये एक लोकेशन है बट इत कुछ पिया नहीं हुआ तो स्ट्रेंथ किसीए ਤਾਂ ਇੱਥੇ ਅਸੀਂ ਕੀ ਕਰਨਾ ਹੈ ਅਸੀਂ ਇਮੇਜਿਨ ਕਰਨਾ ਹੈ ਇੱਕ ਟੈਸਟ ਕਰਨ ਵਾਸਤੇ ਅਸੀਂ ਮੰਨ ਲੈਣਾ ਹੈ ਕਿ ਸਰ ਜੇ ਅਸੀਂ ਇੱਥੇ 1 ਕਿਜੀ ਦਾ ਮਾਸ ਰੱਖੀਏ ਕੀ ਤੁਸੀਂ ਫੋਰਸ ਕੈਲਕੂਲੇਟ ਕਰ ਸਕਦੇ ਹੋ ਫਿਰ ਹਾਂਜੀ ਫਿਰ ਸਾਡਾ ਫਾਰਮੂਲਾ ਚੱਲ ਜਾਣਾ ਹੈ ਕਿਹੜਾ ਜਿਹੜਾ ਅਸੀਂ ਯੂਨੀਵਰਸਲ ਲਾਗ ਆਫ ਗ੍ਰੈਵਿਟੇਸ਼ਨ ਕੀਤਾ ਹੈ ਅਸੀਂ ਉਹ ਫਾਰਮੂਲਾ ਲਾ ਸਕਦੇ ਹਾਂ ਜੀ ਐਮ ਐਮ ਡਿਵਾਈਡਿਡ ਬਾਈ ਆਰ ਸਕੁਅਰ ਸੋ ਫੋਰਸ ਔਨ 1 ਕਿਜੀ ਵਿਲ ਬੀ ਇਕੁਅਲ ਟੂ ਜੀ ਐਮ ਮਲਟੀਪਲਾਈਡ ਬਾਈ 1 ਡਿਵਾਈਡਡ ਬਾਈ r ਸਕੁਅਰ ਦੂਜਾ ਜਿਹੜਾ ਸਮਾਲ ਮਾਸ ਹੈ 1 kg ਦਾ ਹੈ ਨਾ ਜਿਹੜਾ ਅਸੀਂ ਮੰਨਿਆ ਹੋਇਆ ਹੈ ਤਾਂ ਕਰਕੇ ਅਸੀਂ ਕੀ ਕੀਤਾ ਅਸੀਂ ਇੱਥੇ 1 ਲਿਖ ਲਿਆ ਸਰ 1 ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਸਿੰਪਲ ਫਾਰਮੂਲਾ ਬਣ ਗਿਆ ਅਸੀਂ ਕਹਿ ਸਕਦੇ ਹਾਂ ਸਰ ਫੋਰਸ ਔਨ ਅ ਯੂਨਿਟ ਮਾਸ ਜਾਂ ਫੋਰਸ ਔਨ 1 kg ਐਟ ਪੁਆਇੰਟ A ਵਿਲ ਬੀ gm ਡਿਵਾਈਡਡ ਬਾਈ r ਸਕੁਅਰ ਔਰ ਇਸੇ ਨੂੰ ਅਸੀਂ ਕਵਾਂਗੇ ਸਮਾਲ g ਲੈਟਰ a ਇੰਦਾ ਸੀ ਸਟਰੈਂਥ ਦੀ ਵੈਲਿਊ ਦੱਸਾਂਗੇ ਇੱਥੇ ਟੈਸਟ ਕਰਨ ਵਾਸਤੇ 1 ਕਿਜੀ ਮਾਸ ਰੱਖ ਦਾਂਗੇ ਹੁਣ ਵਟ ਐਬਾਊਟ ਪੁਆਇੰਟ ਬੀ ਇਸ ਪੁਆਇੰਟ ਤੇ ਸਟਰੈਂਥ ਕੱਢੋ ਅਗੇਨ ਇੱਥੇ ਮੰਨ ਲਓ 1 ਕਿਜੀ ਰੱਖਿਆ ਹੋਇਆ ਹੈ ਹੁਣ ਕੀ ਕਰੀਏ ਕਿਹੜਾ ਫਾਰਮੂਲਾ ਲਗਾਈਏ ਕੱਢ ਚੁੱਕੇ ਹਾਂ ਫਾਰਮੂਲਾ ਜੀ ਐਮ ਬਾਈ ਆਰ ਸਕੁਅਰ ਜੀ ਵੀ ਸੇਮ ਐਮ ਵੀ ਸੇਮ ਹੁਣ ਬਸ ਕੀ ਹੋ ਜਾਣਾ ਹੈ ਸਰ ਆਰ ਡਿਸਟੈਂਸ ਵੱਧ ਜਾਣਾ ਹੈ ਆਰ ਵੱਡਾ ਹੋਣਾ ਹੈ ਜਿਹੜੀ ਵੀ ਵੈਲਿਊ ਹੋਏਗੀ ਦੂਰੀ ਉਹ ਸਕੁਅਰ ਕਰ ਦਾਂਗੇ ਤੇ ਸਾਨੂੰ ਇੱਥੇ ਮਿਲ ਜਾਏਗਾ ਫੋਰਸ ਔਨ 1 ਕੇਜੀ ਫੋਰਸ ਪਰ ਕੇਜੀ ਜਾਂ ਗ੍ਰੈਵਿਟੇਸ਼ਨਲ ਸਟਰੈਂਥ